ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ ਸੱਤ ਵਿੱਚ ਤੁਹਾਨੂੰ ਸਾਰਿਆਂ ਨੂੰ ਨਿੱਗੀ ਜੀ ਆਇਆਂ ਮੈਂ ਅਰਸ਼ੰਦਰ ਪਾਲ ਕੋਰ ਅੱਜ ਤੁਹਾਡੇ ਲਈ ਪਾਠ ਨੰਬਰ 25 ਲੈ ਕੇ ਹਾਜ਼ਰ ਹਾਂ ਚਲੋ ਚੱਲੀਏ ਨਵਾਂ ਪਾਠ ਸਿੱਖੀਏ ਸਾਡਾ ਅੱਜ ਦਾ ਪਾਠ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਵਧੀਆ ਮਹਾਰਾਜਾ ਬੱਚਿਓ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਦੋ ਪਾਠ ਪਹਿਲਾਂ ਪੜ ਚੁੱਕੇ ਹਾਂ ਪਹਿਲਾ ਮਹਾਰਾਜਾ ਕਦੋਂ ਬਣੇ ਕਿਸ ਤਰ੍ਹਾਂ ਦੇ ਉਹ ਮਹਾਰਾਜਾ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਪੰਡ ਉਹ ਪਾਂਡੀ ਬਣ ਕੇ ਪੰਡ ਛੱਡ ਕੇ ਆਇਸਾਨ ਕਿਸੇ ਗਰੀਬ ਦੇ ਘਰ ਕਿਸੇ ਬਜ਼ੁਰਗ ਦੀ ਮਦਦ ਕੀਤੀ ਸੀ ਉਹਨਾਂ ਨੇ ਤੇ ਉਹ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਅੰ ਦਸਤਾ ਹੈ ਉਹ ਪਾਠ ਕੇ ਮਹਾਰਾਜਾ ਕਿਸ ਤਰ੍ਹਾਂ ਦੇ ਮਹਾਰਾਜਾ ਸੀ ਕਿਸ ਤਰ੍ਹਾਂ ਉਹ ਆਪਣੀ ਜਿਹੜੀ ਪਰਜਾ ਹੈ ਆਪਣੇ ਲੋਕਾਂ ਦੇ ਦੁੱਖ ਸੁੱਖ ਦੇਖਦੇ ਸੀ ਉਹਨਾਂ ਵਿੱਚ ਵਿਚਰਦੇ ਸੀ ਤੇ ਉਹਨਾਂ ਦੀ ਮਦਦ ਕਰਦੇ ਸੀ ਤੇ ਉਹਨਾਂ ਨੂੰ ਕਿੰਨਾ ਵਧੀਆ ਰਾਜ ਦੇਣਾ ਚਾਹੁੰਦੇ ਸੀ ਕਿਸ ਤਰ੍ਹਾਂ ਦੇ ਉਹ ਮਹਾਰਾਜਾ ਸੀ ਤੇ ਇਸ ਪਾਠ ਦੇ ਵਿੱਚ ਉਹ ਸਭ ਤੋਂ ਵਧੀਆ ਮਹਾਰਾਜਾ ਹੈ ਇਹਦੇ ਬਾਰੇ ਕੁਝ ਕਿ ਹਿਸਟੋਰੀਅਨ ਜਿਹੜੇ ਨੇ ਉਹਨਾਂ ਨੇ ਉਹਨਾਂ ਦੇ ਰਾਜ ਬਾਰੇ ਲਿਖਿਆ ਹੈ ਉਹਨਾਂ ਦੇ ਇਸ ਤਰ੍ਹਾਂ ਦੇ ਉਹ ਮਹਾਰਾਜਾ ਸੀ ਕਿਦਾਂ ਦੇ ਉਹਨਾਂ ਦੇ ਰਾਜ ਦੇ ਵਿੱਚ ਲੋਕਾਂ ਨੂੰ ਸਹੂਲਤਾ ਸੀ ਕਿਸ ਤਰ੍ਹਾਂ ਦੀਆਂ ਤੇ ਉਹਦੇ ਬਾਰੇ ਉਹਨਾਂ ਨੇ ਲਿਖਿਆ ਹੈ ਸੋ ਅਸੀਂ ਅੱਜ ਉਹ ਪਾਠ ਜਿਹੜਾ ਨਵਾਂ ਪਾਠ ਆ ਉਹਦੇ ਵਿੱਚ ਇਹ ਸਿੱਖਾਂਗੇ ਬੈਨ ਚਾਰਲਸ ਹਿਊਗਨ ਲਿ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੁਨੀਆ ਦਾ ਸਿਰਫ ਇੱਕ ਹੀ ਰਾਜਾ ਸੀ ਜਿਸ ਨੇ ਇੰਨਾ ਵੱਡਾ ਰਾਜ ਬਿਨਾਂ ਕਿਸੇ ਜ਼ੁਲਮ ਤੋਂ ਬਣਾਇਆ ਜ਼ੁਲਮ ਕ੍ਰੂਅਲ ਜੀ ਹੈ ਨਾ ਕਿਸੇ ਤੇ ਵਧੀਕੀ ਕਰਨ ਤੋਂ ਉਸਨੇ ਕਿਸੇ નિર્ਦੋਸ਼ ਦਾ ਖੂਨ ਨਹੀਂ ਡੋਲਿਆ નિર્ਦੋਸ਼ ਇਨੋਸੈਂਟ ਹੈ ਨਾ ਉਹ ਕੋਮਲ ਦਿਲ ਵਾਲੇ ਕਾਈਂਡ ਹਰਟਡ ਸਨ ਉਨ੍ਹਾਂ ਦੇ ਰਾਜ ਵਿੱਚ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਮੌਤ ਦੀ ਸਜ਼ਾ ਜਿੱਦਾਂ ਫਾਂਸੀ ਦੀ ਸਜ਼ਾ ਦਿੰਦੇ ਆ ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਕਿਸੇ ਨੂੰ ਇਨਸਾਨ ਨੂੰ ਦੀ ਜ਼ਿੰਦਗੀ ਖਤਮ ਕਰ ਦਿੱਤੀ ਜਾਂਦੀ ਹੈ ਉਹ ਸਜ਼ਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਨੂੰ ਨਹੀਂ ਦਿੱਤੀ ਗਈ ਬੜੀ ਵੱਡੀ ਗੱਲ ਹੈ ਜੇ ਕੋਈ ਗਲਤੀ ਕਰਦਾ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਜੁਰਮਾਨਾ ਫਾਈਨ ਕਰ ਦਿੱਤਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਿਤ ਕੀਤਾ ਉਹਨਾਂ ਦੇ ਰਾਜ ਵਿੱਚ ਤਿੰਨ ਤਰ੍ਹਾਂ ਦੀ ਫੌਜ ਸੀ ਪਹਿਲੀ ਤਰ੍ਹਾਂ ਦੀ ਫੌਜੇ ਆਮ ਅਤੇ ਫੌਜੇ ਖਾਸ ਦੂਜੀ ਤਰ੍ਹਾਂ ਦੀ ਇੱਕ ਹੋਰ ਫੌਜ ਸੀ ਅਕਾਲ ਸੈਨਾ ਅਕਾਲ ਸੈਨਾ ਦੇ ਮੁਖੀ ਸਰਦਾਰ ਫੂਲਾ ਸਿੰਘ ਜੀ ਸਨ ਅਤੇ ਇਸ ਫੌਜ ਵਿੱਚ 4000 ਤੋਂ ਜ਼ਿਆਦਾ ਨਿਹੰਗ ਸਨ ਨਿਹੰਗ ਸਿੰਘਾਂ ਬਾਰੇ ਅਸੀਂ ਪਾਠ 'ਚ ਦੋ ਅਸੀਂ ਪੜਿਆ ਸੀਗਾ ਜਿਹੜਾ ਹੁਲਾ ਮਹੱਲਾ ਤੇ ਅਸੀਂ ਪਾਠ ਪੜਿਆ ਸੀਗਾ ਕਿ ਗੱਤਕਾ ਇਸ ਪੱਧ ਦੇ ਵਿੱਚ ਗੱਤਕਾ ਖੇਡੇ ਸੋ ਅਸੀਂ ਉਹ ਦੋਨੇ ਹੰਗ ਸਿੰਘਾਂ ਬਾਰੇ ਸਿੱਖਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੰਡੀਆ ਦੇ ਇਤਿਹਾਸ ਵਿੱਚ ਸੁਨਹਿਰੀ ਟਾਈਮ ਜਾਂ ਸਮਾਂ ਸੀ ਇੰਡੀਆ ਦੇ ਇਤਿਹਾਸ ਵਿੱਚ ਭਾਰਤ ਦੇ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੁਨਹਿਰੀ ਸਮਾਂ ਸੀ ਸੁਨਹਿਰੀ 골ਡਨ ਪੀਰੀਅਡ ਸੀ ਹਰ ਪਾਸੇ ਸੁਖ ਸ਼ਾਂਤੀ ਸੀ ਲੋਕ ਖੁਸ਼ ਸਨ ਸਭ ਨੂੰ ਆਪਣੇ ਤਰੀਕੇ ਨਾਲ ਰਹਿਣ ਦੀ ਖੁੱਲ ਸੀ ਖੁੱਲ ਦਾ ਮਤਲਬ ਫਰੀडम ਸੀ ਰਾਈਟ ਆਜ਼ਾਦੀ ਸੀ ਜਾਂ ਖੁੱਲ ਸੀ ਸਿੱਖ ਹਿੰਦੂ ਅਤੇ ਮੁਸਲਮਾਨ ਸਭ ਆਪਣੇ ਰੱਬ ਦੀ ਪੂਜਾ ਕਰ ਸਕਦੇ ਸਨ ਸਾਰਿਆਂ ਦਾ ਰੱਬ ਇੱਕ ਹੈ ਪਰ ਹਰ ਇੱਕ ਨੂੰ ਆਪਣਾ ਆਪਣੇ ਤਰੀਕੇ ਨਾਲ ਰੱਬ ਨੂੰ ਮੰਨਣ ਦੀ ਰੱਬ ਦੀ ਪੂਜਾ ਕਰਨ ਦੀ ਖੁੱਲ ਸੀ ਉਹਨਾਂ ਦੇ ਰਾਜ ਵਿੱਚ ਕਿਸੇ ਤੇ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਂਦੀ ਸੀ ਜ਼ਬਰਦਸਤੀ when if somebody is forced to do something ਹੈਨਾ ਉਹਨਾਂ ਦੀ ਸਰਕਾਰ ਵਿੱਚ ਵੀ ਸਿੱਖ Hindu ਮੁਸਲਮਾਨ ਅਤੇ ਇਸਾਈ ਅਫਸਰ ਸਨ ਮਹਾਰਾਜਾ ਗੋਰੇ ਅਫਸਰਾਂ ਕੋਲੋਂ ਆਪਣੀਆਂ ਫੌਜਾਂ ਦੀ ਟ੍ਰੇਨਿੰਗ ਕਰਵਾਉਂਦੇ ਗੋਰੇ ਅਫਸਰਾਂ ਨੂੰ ਦਾੜੀ ਕੱਟਣ ਦੀ ਸਿਗਰਟ ਪੀਣ ਦੀ ਅਤੇ ਗਾਂ ਦਾ ਮਾਸ ਖਾਣ ਦੀ ਮਨਾਹੀ ਸੀ ਮਨਾਹੀ ਸੀ ਰੋਕ ਸੀ ਪ੍ਰਹਿਬਿਸ਼ਨ ਸੀ ਹੈਨਾ ਸੋ ਦੇ ਵਰ ਨਾਟ ਅਲਾਉਡ ਟੂ ਡੂ ਥੀਸ ਥਿੰਗਸ ਹੈਨਾ ਜਿਹੜੀ ਇੱਥੇ ਦੱਸਿਆਂਗੇ ਯਾਨੀ ਮਹਾਰਾਜਾ ਰਣਜੀਤ ਸਿੰਘ ਆਪ ਭਾਵੇਂ ਅਨਪੜ੍ਹ ਸਨ ਤੁਹਾਨੂੰ ਪਤਾ ਅਨਪੜ੍ਹ ਕੌਣ ਹੁੰਦਾ ਇਲਿਟਰੇਟ ਹੁੰਦਾ ਜਿਨ੍ਹਾਂ ਜਿਹੜੇ ਪੜ੍ਹੇ ਨਹੀਂ ਸਨ ਪਰ ਉਹਨਾਂ ਨੇ ਪਾਰਟਸ਼ਾਲਾ ਧਰਮਸ਼ਾਲਾ ਅਤੇ ਮਦਰਸੇ ਸ਼ੁਰੂ ਕੀਤੇ ਜਿੱਥੇ ਜਾ ਕੇ ਲੋਕ ਪੜ੍ਹਨਾ ਲਿਖਣਾ ਸਿੱਖ ਸਕਦੇ ਸਨ ਉਹਨਾਂ ਨੇ ਆਪਣੇ ਸ਼ਹਿਜ਼ਾਦਿਆਂ ਵਾਸਤੇ ਅੰਗਰੇਜ਼ੀ ਦੇ ਟੀਚਰ ਵੀ ਬੁਲਾਏ ਸੋ ਪਾਰਟਸ਼ਾਲਾ ਮੈਨੂੰ ਨੇ ਧਿਆਨ ਕੇ ਤੁਹਾਨੂੰ पाठशाला ਸ਼ਬਦ ਪਹਿਲਾਂ ਤੁਸੀਂ ਪੜਿਆ ਹੈ पाठशाला ਹੁੰਦਾ ਸਕੂਲ ਜਿਸ ਤਰ੍ਹਾਂ ਸੀ ਕਹਿੰਦੇ ਆ ਧਰਮਸ਼ਾਲਾ ਜਿੱਥੇ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਜਾਂਦੀ ਹੈ ਅਤੇ ਮਦਰਸੇ ਜਿੱਥੇ ਇਸ ਇਸਲਾਮ ਧਰਮ ਦੇ ਦੀ ਸਿੱਖਿਆ ਦਿੱਤੀ ਜਾਂਦੀ ਹੈ ਸੋ ਕਿਉਂਕਿ ਮਹਾਰਾਜਾ ਦਾ ਸਾਰਿਆਂ ਦੇ ਲਈ ਬਰਾਬਰ ਦਾ ਉਹਨਾਂ ਦਾ ਸਤਕਾਰ ਸੀ ਉਹ ਚਾਹੁੰਦੇ ਸਨ ਕਿ ਸਾਰੇ ਲੋਕੀ ਆਪਣੇ तरीके ਨਾਲ ਸਿੱਖਣ ਆਪਣੇ ਧਰਮ ਦੀ ਪੂਜਾ ਕਰਨ ਪਾਲਣਾ ਕਰਨ ਜੋ ਵੀ ਧਰਮ ਕੋਈ ਮੰਨਣਾ ਚਾਹੁੰਦਾ ਹੈ ਤੋਂ ਉਹਨਾਂ ਨੂੰ ਪੂਰੀ ਖੁੱਲ੍ਹ ਸੀ ਇਸ ਕਰਕੇ ਮਹਾਰਾਜਾ ਨੇ ਸਾਰਿਆਂ ਨੂੰ ਇਕੁਅਲ ਜਿਹੜੀਆਂ ਓਪਰਚ्युनिटीज ਦਿੱਤੀਆਂ ਸੀ ਇਕੁਅਲ ਸੋਚਦੇ ਸੀ ਸਾਰਿਆਂ ਦੇ ਲਈ ਉਹਨਾਂ ਨੂੰ ਇਕੁਅਲੀ ਸਿਫ ਫੈਸਿਲਿਟੀ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੀ ਹੈਨਾ ਸੋ ਉਹਨਾਂ ਨੇ ਆਪਣੇ ਸ਼ਹਿਜ਼ਾਦੇਆਂ ਵਾਸਤੇ ਸ਼ਹਿਜ਼ਾਦੇ ਪ੍ਰਿੰਸ ਜਿਹੜੇ ਉਹਨਾਂ ਦੇ ਬੇਟੇ ਸੀ ਵਾਸਤੇ ਅੰਗਰੇਜ਼ੀ ਦੇ ਟੀਚਰ ਵੀ ਬੁਲਾਏ ਉਹ ਚਾਹੁੰਦੇ ਸੀ ਕਿ ਉਹਨਾਂ ਭਾਵ ਉਹ ਆਪ ਅਨਪਰਸਨ ਪਰ ਉਹਨਾਂ ਨੂੰ ਪੜਾਈ ਦੀ ਬੜੀ ਕਦਰ ਸੀ এডਿਕੇਸ਼ਨ ਦੀ ਬਹੁਤ ਰਿਸਪੈਕਟ ਕਰਦੇ ਸੀ ਤਾਂ ਕਰਕੇ ਉਹਨਾਂ ਨੇ ਸਾਰੀਆਂ ਇਹ ਕੋਸ਼ਿਸ਼ਾਂ ਕੀਤੀਆਂ ਮਹਾਰਾਜਾ ਆਪ ਭਾਵੇਂ ਸਾਦੇ ਕੱਪੜੇ ਪਾਉਂਦੇ ਸਨ ਸਾਦੇ ਸਿੰਪਲ ਸਧਾਰਨ ਪਰ ਉਹਨਾਂ ਦੇ ਦਰਬਾਰ ਵਿੱਚ ਸਭ ਲੋਕ ਬਹੁਤ ਸੋਹਣੇ ਸਜ ਕੇ ਆਉਂਦੇ ਇੱਕ ਗੋਰਾ ਹੈਨਰੀ ਐਡਵਰਡ ਫੇਨ ਲਿਖਦਾ ਹੈ ਕਿ ਮਹਾਰਾਜੇ ਦੇ ਦਰਬਾਰ ਦੀ ਸ਼ਾਨ ਸ਼ਬਦਾਂ ਵਿੱਚ ਨਹੀਂ ਕਹੀ ਜਾ ਸਕਦੀ ਅਤੇ ਉਹ ਯੂਰਪ ਜਾਂ ਚੀਨ ਦੀ ਸ਼ਾਨ ਨਾਲੋਂ ਕਿਤੇ ਜ਼ਿਆਦਾ ਵੱਧ ਸੀ ਸੋ ਜਦੋਂ ਸ਼ਬਦਾਂ ਵਿੱਚ ਨਹੀਂ ਕਹੀ ਜਾ ਸਕਦੀ ਕਹਿੰਦਾ ਮਤਲਬ ਬਈ ਬਹੁਤ ਸ਼ਾਨਦਾਰ ਉਹਨਾਂ ਦਾ ਦਰਬਾਰ ਸੀ ਇਨ ਡਿਸਕ੍ਰਾਈਬੇਬਲ ਹੈਗੀ ਆ ਉਹਨਾਂ ਦੀ ਜਿਹੜੀ ਸ਼ਾਨ ਹੈ ਦਰਬਾਰ ਦੀ ਜਿਹੜੇ ਉਹਨਾਂ ਦੇ ਦਰਬਾਰ ਦੀ ਸ਼ਾਨ ਉਹ ਸ਼ੌਕਤ ਜਿਹੜੀ ਸੀ ਕਿੰਨਾ ਸੋਹਣਾ ਸੀ ਉਹਨਾਂ ਦਾ ਦਰਬਾਰ ਤੇ ਉਹਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਮਹਾਰਾਜਾ ਕੋਹੇਨੂਰ ਹੀਰਾ ਕਦੀ ਕਦੀ ਪਾਉਂਦੇ ਕੋਹੇਨੂਰ ਹੀਰਾ ਅਪਾ ਸਾਰੇ ਜਾਣਦੇ ਆ ਕੋਹਿੰਨੂਰ ਹੀਰਾ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਹੁੰਦਾ ਸੀ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਉਦੋਂ ਆਇਆ ਜਦ ਉਸਨੇ ਅਹਿਮਦ ਸ਼ਾ ਦੁਰਾਨੀ ਦੀਆਂ ਫੌਜਾਂ ਨੂੰ ਹਰਾਇਆ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਦਾ ਅੰਦਾਜ਼ਾ ਅੰਗਰੇਜ਼ਾਂ ਨੂੰ ਵੀ ਸੀ ਅੰਦਾਜ਼ਾ ਐਸਟੀਮੇਟ ਹੈ ਨਾ ਸੋ ਉਹ ਕਦ ਦੇ ਭਾਵੇਂ ਛੋਟੇ ਸਨ ਮਹਾਰਾਜ ਬਰੇ ਗੱਲ ਕਰ ਰਿਹਾ ਸੀ ਮਹਾਰਾਜਾ ਦੀ ਅਜਿਹੇ ਫਿਜ਼ੀਕਲੀ ਕਿਸ ਤਰ੍ਹਾਂ ਦੇ ਉਹ ਦਿਖਦੇ ਸਨ ਉਹ ਕਾਦੇ ਦੇ ਪੰਮੇ ਛੋਟੇ ਸਨ ਉਹ ਸੋਹਣੇ ਵੀ ਨਹੀਂ ਸਨ ਉਹ ਅਨਪੜ ਸਨ ਪਰ ਬਹੁਤ ਸਿਆਣੇ ਸਨ ਉਹਨਾਂ ਦੀ ਯਾਦਸ਼ਤ ਬਹੁਤ ਤੇਜ਼ ਸੀ ਉਹਨਾਂ ਦਾ ਸੁਭਾਅ ਬਹੁਤ ਕੋਮਲ ਸੀ ਜਦ ਤੱਕ ਉਹ ਜ਼ਿੰਦਾ ਸੀ ਗੋਰਿਆਂ ਨੇ ਮਹਾਰਾਜ ਦੇ ਰਾਜਵੰ ਅੱਖ ਨਹੀਂ ਚੁੱਕੀ ਅੱਖ ਨਹੀਂ ਚੁੱਕੀ ਮਤਲਬ ਉਹਨਾਂ ਨੇ ਦੇਖਿਆ ਨਹੀਂ ਦੇ ਡਿਡਨਟ ਡੇਅਰ ਟੂ ਰਾਈਟ ਸੋ ਲੁੱਕ देयर ਕਿ ਮਹਾਰਾਜਾ ਦੇ ਉਤੇ ਕਿਸੇ ਤਰ੍ਹਾਂ ਦਾ ਉਹ ਅਟੈਕ ਕਰਦੇ ਜਾਂ ਕੁਝ ਵੀ ਕਰਦੇ ਉਹਨਾਂ ਨੂੰ ਮਹਾਰਾਜਾ ਦੀ ਜਿਹੜੀ ਤਾਕਤ ਦਾ ਅੰਦਾਜ਼ਾ ਸੀ ਸੋ ਅਸੀਂ ਮਹਾਰਾਜਾ ਦੇ ਦੀ ਸਰੀਰਕ ਸੁੰਦਰਤਾ ਜਾਂ ਉਹਨਾਂ ਦੇ ਕਿਸ ਤਰ੍ਹਾਂ ਦੇ ਉਹ ਦਿਖਦੇ ਸਨ ਉਹਦੇ ਬਾਰੇ ਅਸੀਂ ਕਾ ਗੱਲ ਕੀਤੀ ਹੈ ਕਿ ਉਹ ਕੱਦ ਦੇ ਛੋਟੇ ਸੀ ਸੋਹਣੇ ਨਹੀਂ ਸੀ ਕਿਉਂਕਿ ਉਹਨਾਂ ਦੇ ਮੂੰਹ ਦੇ ਉੱਤੇ ਚੇਚਕ ਦੇ ਦਾਗ ਪੈ ਗਏ ਸੀ ਇੱਕ ਅੱਖ ਉਹਨਾਂ ਦੀ ਖਰਾਬ ਹੋ ਗਈ ਸੀ ਅਸੀਂ ਪਹਿਲੇ ਪਾਰਟਸ ਪੜ੍ਹ ਕੇ ਆਏ ਹਾਂ ਠੀਕ ਹੈ ਉਹ ਅਨਪਰਸਨ ਪਰ ਬਹੁਤ ਸਿਆਣੇ ਸਨ ਉਹਨਾਂ ਦੀ ਸਿਆਣਪ ਉਹਨਾਂ ਦੀ ਉਹਨਾਂ ਦੇ ਗੁਣ ਉਹਨਾਂ ਨੂੰ ਸਭ ਤੋਂ ਵਧੀਆ ਮਹਾਰਾਜਾ ਉਹਨਾਂ ਨੇ ਗੁਣਾ ਨੇ ਬਣਾਇਆ ਉਹਨਾਂ ਦਾ ਕੋਮਲ ਦਿਲ ਜਿਹੜਾ ਲੋਕਾਂ ਲਈ ਧੜਕਦਾ ਸੀ ਲੋਕਾਂ ਦੀਆਂ ਲੋੜਾਂ ਨੂੰ ਉਹ ਮਹਿਸੂਸ ਕਰਦੇ ਸੀ ਲੋਕਾਂ ਦੇ ਲਈ ਉਹਨਾਂ ਦੇ ਮਨਚ ਪਿਆਰ ਸੀ ਉਹ ਸਾਰੀਆਂ ਗੱਲਾਂ ਨੇ ਮਹਾਰਾਜਾ ਨੂੰ ਇੰਨਾ ਸੋਹਣਾ ਬਣਾ ਦਿੱਤਾ ਕਿ ਮਹਾਰਾਜਾ ਦਾ ਰਾਜ ਜਿਹੜਾ ਸੀ ਉਹ ਇੱਕ ਗੋਲਡਨ ਪੀਰੀਅਡ ਦੇ ਤੌਰ ਤੇ ਜਾਣਿਆ ਜਾਣ ਲੱਗਿਆ ਸੋ ਹੈਂਸਮ ਇਜ਼ ਥੈਟ ਹੈਂਸਮ ਡਸ ਹੈਨਾ ਸੋ ਇਹ ਮਹਾਰਾਜਾ ਤੇ ਇਹ ਜਿਹੜੀ ਸੇਇੰਗ ਆ ਬਿਲਕੁਲ ਏ ਟੁਕਦੀ ਹੈ ਮਹਾਰਾਜੇ ਦੀ ਮੌਤ 27 ਜੂਨ 1839 ਵਿੱਚ ਹੋਈ ਉਹਨਾਂ ਦੀ ਮੌਤ ਦਾ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੇ ਪਿੱਛੋਂ ਪਰਿਵਾਰ ਦੇ ਲੋਕ ਆਪਸ ਵਿੱਚ ਲੜਨ ਲੱਗੇ ਹਰ ਕੋਈ ਰਾਜਾ ਬਣਨਾ ਚਾਹੁੰਦਾ ਸੀ 4 ਸਾਲਾਂ ਵਿੱਚ 4 ਰਾਜੇ ਬਦਲੇ ਸਿੱਖ ਰਾਜ ਕਮਜ਼ੋਰ ਹੋ ਗਿਆ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਅਤੇ ਸਿੱਖ ਰਾਜ ਖਤਮ ਹੋ ਗਿਆ ਸੋ ਇਹ ਸਾਡਾ ਦੁਖਾਂਤ ਹੈ ਕਿ ਜਿਹੜੀ ਪਰਵਾਰਕ ਫੁੱਟ ਜਿਹੜੀ ਪਰਵਾਰਕ ਦੀ ਆਪਸੀ ਲੜਾਈ ਉਹਨੇ ਕੋ ਕਿਸੇ ਨੂੰ ਵੀ ਜਿਹੜਾ ਮਹਾਰਾਜਾ ਦਾ ਵਾਰਸ ਚੰਗਾ ਵਾਰਸ ਕੋਈ ਸਾਬਤ ਨਹੀਂ ਹੋ ਸਕਿਆ ਤੇ ਸਾਡਾ ਸਿੱਖ ਰਾਜ ਜਿਹੜਾ ਮਹਾਰਾਜਾ ਨੇ ਇੰਨੀ ਮਿਹਨਤ ਦੇ ਨਾਲ ਸਿੱਖ ਰਾਜ ਖੜਾ ਕੀਤਾ ਸੀ ਸਿੱਖ ਰਾਜ ਬਣਾਇਆ ਸੀ ਉਹ ਅੰਗਰੇਜ਼ਾਂ ਤੇ ਹੱਥਾਂ ਵਿੱਚ چلا ਗਿਆ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਜਾ ਕੇ ਵੀ ਪੜੋਗੇ ਤੁਸੀਂ ਤਾਂ ਦੇ ਵਿੱਚੋਂ ਸ਼ਾਇਦ ਬਹੁਤ ਬੱਚਿਆਂ ਨੂੰ ਪਤਾ ਹੋਵੇ ਨਹੀਂ ਤਾਂ ਤੁਸੀਂ ਰਿਸਰਚ ਕਰਨਾ ਕਿ ਉਸ ਤੋਂ ਬਾਅਦ ਕੀ ਹਾਲ ਹੋਇਆ ਪੰਜਾਬ ਦੇ ਭਾਰਤ ਦੇ ਤੇ ਕਿੰਨੀ ਦੇਰ ਭਾਰਤ ਨੂੰ ਪੰਜਾਬ ਨੂੰ ਗੁਲਾਮੀ ਜਿਹੜੀ ਸੈਣੀ ਪਈ ਅੰਗਰੇਜ਼ਾਂ ਦੀ 100 ਸਾਲ ਤੋਂ ਜ਼ਿਆਦਾ ਸੋ ਉਹ ਮਤਲਬ ਸਾਰੀਆਂ ਗੱਲਾਂ ਇਹ ਬੜੀਆਂ ਸਾਨੂੰ ਦੁੱਖ ਦਿੰਦੀਆਂ ਹਨ ਜੇਕਰ ਮਹਾਰਾਜੇ ਦਾ ਕੋਈ ਵਾਰਸ ਚੰਗਾ ਹੁੰਦਾ ਵਧੀਆ ਹੁੰਦਾ ਮਹਾਰਾਜੇ ਵਰਗਾ ਹੁੰਦਾ ਤੇ ਸ਼ਾਇਦ ਸਿੱਖ ਰਾਜ ਜਿਹੜਾ ਹਮੇਸ਼ਾ ਲਈ ਰਹਿੰਦਾ ਸੋ ਅਮ ਇਸਦਾ ਅਜਦਾ ਪਾਰਸੀ ਜਿਨੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਸੋਹਣੇ ਗੁਣਾ ਬਾਰੇ ਦੱਸਿਆ ਕਿ ਉਹ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਬਹੁਤ ਵਧੀਆ ਮਹਾਰਾਜਾ ਸੀਗੇ ਇਹਨਾਂ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ ਤੁਹਾਡੇ ਕੋਲੇ ਪ੍ਰਸ਼ਨ ਨੇ ਫਿਰ ਉਹਨਾਂ ਦੇ ਆਂਸਰ ਵੀ ਤੁਸੀ ਕਰਨੇ ਆ ਕੰਪਲੀਟ ਸੈਂਟੈਂਸਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਨੂੰ ਕਿਵੇਂ ਯਾਦ ਕੀਤਾ ਜਾਂਦਾ ਹੈ ਸੋਹਣਾ ਟਾਈਮ ਸੀ ਸੁਖ ਸ਼ਾਂਤੀ ਵਾਲਾ ਸੀ ਸੁਨਹਿਰੀ ਟਾਈਮ ਸੀ ਠੀਕ ਹੈ ਸੋ ਤੁਸੀਂ ਇਹਦੇ ਵਿੱਚੋਂ ਸਹੀ ਆਂਸਰ ਲੱਭਣਾ ਤੇ ਸਾਰੇ ਆਂਸਰ ਮੈਨੂੰ ਲੱਗਦਾ ਹੈ ਕਾਫੀ ক্লোਜ਼ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿੰਨੀ ਤਰ੍ਹਾਂ ਦੀਆਂ ਫੌਜਾਂ ਸਨ ਆਪਾਂ ਇੱਥੇ ਪੜਿਆ ਸੀ ਕਿੰਨੀ ਤਰ੍ਹਾਂ ਦੀਆਂ ਫੌਜਾਂ ਤੁਸੀਂ ਪਾਠ ਪੜ੍ਹ ਕੇ ਦੁਬਾਰਾ ਸੁਣ ਕੇ ਇਸ ਨੂੰ ਲਿਖਣਾ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਗੋਰੇ ਅਫਸਰਾਂ ਨੂੰ ਕਿਸ ਗੱਲ ਦੀ ਮਨਾਹੀ ਸੀ ਮਨਾਹੀ ਪ੍ਰਹਿਬਿਸ਼ਨ ਹੈ ਨਾ ਰੋਕ ਸੀ ਕਿ ਉਹ ਨਹੀਂ ਕਰ ਸਕਦੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੀ ਹੋਇਆ ਇਹ ਤੁਸੀਂ ਪਾਠ ਕਿਰਲੇ ਇਸ ਵਿੱਚੋਂ ਪੜ੍ਹ ਕੇ ਦੇਖਣਾ ਸਿੱਖ ਰਾਜ ਕਿਵੇਂ ਅਤੇ ਕਦੋਂ ਖਤਮ ਹੋਇਆ ਸਾਨੂੰ ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਚੰਗੇ ਮਹਾਰਾਜੇ ਸਨ ਅਸੀਂ ਉਹਨਾਂ ਬਾਰੇ ਤਿੰਨ ਪਾਠ ਪੜ੍ਹੇ ਤੇ ਤੁਸੀਂ ਇਸ ਪਾਠ ਦੇ ਵਿੱਚ ਵੀ ਪੜਿਆ ਪਿਛਲੇ ਪਾਠਾਂ ਵਿੱਚ ਵੀ ਪੜਿਆ ਜੇ ਤੁਸੀਂ ਹੋਰ ਰਿਸਰਚ ਕਰਨੀ ਚਾਹੁੰਦੇ ਹੋ ਤੁਸੀਂ ਹੋਰ ਵੀ ਅਮ ਰਿਸਰਚ ਕਰਨਾ ਮਹਾਰਾਜਾ ਤੇ ਤੇ ਤੁਸੀਂ ਇਸ ਸੰਸਰ ਨੂੰ ਬਹੁਤ ਐਲੈਬੋਰੇਟ ਕਰ ਸਕਦੇ ਹੋ ਕਿਉਂਕਿ ਮਹਾਰਾਜਾ ਬਾਰੇ ਅਸੀਂ ਬਹੁਤ ਕੁਝ ਲਿਖ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਮਹਾਰਾਜਾ ਰਣਜੀਤ ਸਿੰਘ ਦੇ ਗੁਣਾਂ ਬਾਰੇ ਇੱਕ ਪੈਰਾ ਲਿਖੋ ਤੁਹਾਨੂੰ ਪਤਾ ਗੁਣ ਕੀ ਹੁੰਦੇ ਹਨ ਗੁਣ ਕੁਆਲਟੀਜ਼ ਹੈ ਨਾ ਸੋ ਉਹਨਾਂ ਦੇ ਵਰਚੂਜ਼ ਜਿਹੜੇ ਉਹਨਾਂ ਦੇ ਗੁੱਡ ਉਹਨਾਂ ਦੇ ਵਿੱਚ ਕੁਆਲਟੀਜ਼ ਸੀਗੀਆਂ ਉਹਨਾਂ ਬਾਰੇ ਤੁਸੀਂ ਇੱਕ ਪੈਰਾ ਲਿਖਣਾ ਹੈ ਸੋ ਹੇਠ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ ਫਿਰ ਠੀਕ ਵਾਕ ਲਾਈਨਾਂ ਤੇ ਲਿਖੋ ਇਹ ਥੱਲੇ ਤੁਸੀਂ ਲਾਈਨਾਂ ਤੇ ਲਿਖਨੇ ਨੇ ਇਦਾਂ ਦੋਹਾਂ ਹਿੱਸਿਆਂ ਨੂੰ ਜਿਹੜਾ ਹਿੱਸਾ ਇਹਦੇ ਨਾਲ ਜਾਂਦਾ ਹੋਵੇ ਉਸ ਤਰ੍ਹਾਂ ਤੁਸੀਂ ਕਰਕੇ ਇਹ ਐਕਸਰਸਾਈਜ਼ ਇਹ ਅਭਿਆਸ ਤੁਸੀਂ ਹਰ ਪਾਰਟ ਵਿੱਚ ਕਰਦੇ ਹੋ तकरीबन ਤੇ ਅਸੀਂ ਮੈਂ ਤੁਹਾਡੇ ਲਈ ਦੋਨੋਂ ਹਿੱਸੇ ਪੜ੍ਹ ਦਿੰਦੀ ਹਾਂ ਤੁਹਾਨੂੰ ਸੌਖਾ ਹੋ ਜਾਏਗਾ ਤੇ ਪਰ ਤੁਸੀਂ ਅਨਸਰ ਆਪਣੇ ਆਪ ਮੈਚ ਕਰਨੇ ਨੇ ਤੇ ਉਸ ਤੋਂ ਬਾਅਦ ਲਿਖ ਲੈਣੇ ਸਿੱਖ Hindu ਅਤੇ ਮੁਸਲਮਾਨ ਨੰਬਰ 2 ਉਹ ਅਨਪਰਸਨ ਕੌਣ ਅਨਪਰਸਨ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਿ ਹੋਜਿਆ ਰਾਜ ਸੀ ਆਪਾਂ ਦੇਖਾਂਗੇ ਉਹਨਾਂ ਦੀ ਸਰਕਾਰ ਵਿੱਚ ਅਕਾਲੀ ਅਕਾਲ ਸੈਨਾ ਦੇ ਮੁਖੀ ਉਹਨੂੰ ਅਕਾਲੀ ਸੈਨਾ ਜਾਂ ਅਕਾਲ ਸੈਨਾ ਦੇ ਮੁਖੀ ਕੌਣ ਸਨ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਫਿਰ ਅਸੀਂ ਇੱਧਰ ਹੁਣ ਪੜਤ ਜਿਹੜੇ ਮਾਫ ਕਰਨਾ ਸ਼ਬਦਾਂ ਦਾ ਦੂਜਾ ਹਿੱਸਾ ਮੈਂ ਪੜਦੀ ਹਾਂ ਪਰ ਬਹੁਤ ਸਿਆਣੇ ਸਨ ਕੌਣ ਉਹਨਾਂ ਪਰ ਬਹੁਤ ਸਿਆਣੇ ਸਨ ਸਿੱਖ Hindu ਅਤੇ ਮੁਸਲਮਾਨ ਅਫਸਰ ਸਨ ਕਾਦੇ ਵਿੱਚ ਏ ਵੀ ਦੱਸੋਗੇ ਤੁਸੀਂ ਸਭ ਆਪਣੇ ਰੱਬ ਦੀ ਪੂਜਾ ਕਰ ਸਕਦੇ ਸਨ ਕਦੋਂ ਅਤੇ ਸਿੱਖ ਰਾਜ ਖਤਮ ਹੋ ਗਿਆ ਇੰਡੀਆ ਦੇ ਇਤਿਹਾਸ ਵਿੱਚ ਸੁਨਹਿਰੀ ਟਾਈਮ ਸੀ ਸਰਦਾਰ ਫੂਲਾ ਸਿੰਘ ਜੀ ਦਾ ਠੀਕ ਹੈ ਸੋ ਤੁਸੀਂ ਪਾਠ ਨੂੰ ਦੁਬਾਰਾ ਪੜ੍ਹਨਾ ਪਾਠ ਨੂੰ ਦੁਬਾਰਾ ਸੁੰਨਣਾ ਫਿਰ ਇਹਨਾਂ ਨੂੰ ਸ਼ਬਦਾਂ ਇਹਨਾਂ ਦੇ ਜਿਹੜੇ ਸੈਂਟੈਂਸਸ ਹੈਗੇ ਆ ਉਹਨਾਂ ਨੂੰ ਕੰਪਲੀਟ ਕਰਕੇ ਇੱਥੇ ਲਿਖਣਾ ਇਸ ਤੋਂ ਬਾਅਦ लेवल 7 ਦੇ ਵਿੱਚ ਤੁਸੀਂ ਜਰਨਲ ਲਿਖਦੇ ਹੋ ਜਿਹੜੇ ਤੁਸੀਂ ਇਸ ਤੋਂ ਪਹਿਲਾਂ 7 ਜਰਨਲ ਲਿਖ ਕੇ ਆਏ ਹੋ ਤੇ ਹੁਣ ਤੁਸੀਂ ਪੇਜ 8 ਤੇ ਲਿਖੇ ਵਿਸ਼ੇ ਹਨ ਕੁਝ ਸਬਜੈਕਟ ਦਿੱਤੇ ਹੋਏ ਨੇ ਤੁਹਾਨੂੰ ਟਾਪਿਕਸ ਜਿਨ੍ਹਾਂ ਦੇ ਉੱਤੇ ਤੁਸੀਂ ਜਰਨਲ ਲਿਖੋਗੇ ਤਾਂ ਜਰਨਲ ਨੰਬਰ 8 ਜਰਨਲ ਨੰਬਰ 9 ਤੇ ਜਰਨਲ ਨੰਬਰ 10 ਇੱਕ ਜਰਨਲ ਲਿਖੋ ਪੇਜ 8 ਤੇ ਹੇਠ ਲਿਖੇ ਵਿਸ਼ਿਆਂ ਵਿੱਚੋਂ ਕੋਈ ਇੱਕ ਵਿਸ਼ਾ ਚੁਣੋ ਜਿੱਤੇ ਪੇਜ 8 ਦੇ ਉੱਤੇ ਟੌਪਿਕਸ ਦਿੱਤੇ ਨੇ ਉਹਨਾਂ ਚੋਂ ਤੁਸੀਂ ਜਿਹੜੀਆਂ 5 ਤੋਂ 7 ਸੈਂਟੈਂਸਸ ਐਟਲੀਸਟ ਜਾਂ 10 ਸੈਂਟੈਂਸਸ ਤੁਸੀਂ ਜਰਨਲ ਲਿਖੋਗੇ ਤੇ ਇਹਦੇ ਨਾਲ ਤੁਹਾਡੀ ਲਿਖਤ ਸੋਹਣੀ ਹੋ ਜਾਏਗੀ ਤੁਹਾਨੂੰ ਸੈਂਟੈਂਸ ਸਟਰਕਚਰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਸੋਹਣੀ ਲਿਖਤ ਲਿਖਣੀ ਹੈ ਤਾਂ ਜੋ ਅਗੋਂ ਤੋਂ ਤੁਸੀਂ ਕੰਪੋਜੀਸ਼ਨਸ ਲਿਖ ਸਕੋ ਸੋਹਣੀ ਕਿਸੇ ਨੂੰ ਚਿੱਠੀ ਲਿਖਣੀ ਹੋਵੇ ਉਹ ਪੰਜਾਬੀ ਵਿੱਚ ਲਿਖ ਸਕੋ ਤੇ ਪੰਜਾਬੀ ਭਾਸ਼ਾ ਸਿੱਖਣ ਦਾ ਇਹ ਫਾਇਦਾ ਹੁੰਦਾ ਹੈ ਜਦੋਂ ਤੁਸੀਂ ਭਾਸ਼ਾ ਨੂੰ ਬਹੁਤ ਚੰਗੀ ਤਰ੍ਹਾਂ ਵਰਤ ਸਕਦੇ ਹੋ ਠੀਕ ਹੈ ਜੀ ਉਹਦੀ ਯੂਜ਼ ਕਰ ਸਕਦੇ ਹੋ ਨੂੰ ਯੂਜ਼ ਕਰ ਸਕਦੇ ਹੋ ਭਾਸ਼ਾ ਨੂੰ ਠੀਕ ਹੈ ਜੀ ਸੋ ਇਹ ਹੈਗਾ ਤੁਹਾਡਾ ਐਂਡ ਆਫ ਦਾ ਈਅਰ ਰਿਫਲੈਕਸ਼ਨ ਇਹ ਤੁਸੀਂ ਪਾਠ ਜਿਹੜੇ ਸਾਰੇ ਪਿਛਲੇ ਕਿਤਾਬ ਆਪਣੀ ਪੜਦੇ ਆਉਂਦੇ ਆ ਲੈਵਲ 7 ਦਾ ਸਾਰਾ ਕੋਰਸ ਮਟੀਰੀਅਲ ਜੇ ਤੁਸੀਂ ਪੜਿਆ ਤੇ ਤੁਹਾਨੂੰ ਕਲਾਸ ਜਾ ਕੇ ਕਿਸ ਤਰ੍ਹਾਂ ਲੱਗਦਾ ਸੀ ਕਿਵੇਂ ਤੁਸੀਂ ਸਿੱਖਿਆ ਉਹ ਜੋ ਸਾਰੇ ਤੁਹਾਡੇ ਰਿਫਲੈਕਸ਼ਨਸ ਨੇ ਤੁਹਾਡੇ ਐਕਸਪੀਰੀਐਂਸਸ ਨੇ ਤੁਸੀਂ ਤੁਹਾਡੇ ਉਹ ਤਜਰਬੇ ਤੁਹਾਡੇ ਜਿਹੜੇ ਹੈਗੇ ਕਲਾਸ ਦੇ ਵਿੱਚ ਜਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕੀਤਾ ਉਹ ਤੁਸੀਂ ਇੱਥੇ ਲਿਖੋਗੇ ਰਾਈਟਨ ਐਸੇ ਔਨ ਵਾਟ ਯੂ ਲਰਨਡ ਇਨ ਥਿਸ ਬੁੱਕ ਥਿਸ ਈਅਰ ਯੂ ਮੇ ਰਾਈਟ ਇਨ ਇੰਗਲਿਸ਼ ਔਰ ਪੰਜਾਬੀ ਪੰਜਾਬੀ ਚ ਲਿਖੋਗੇ ਤਾਂ ਬਹੁਤ ਹੀ ਸੋਹਣੀ ਗੱਲ ਹੈ ਸੋ ਬਹੁਤ ਵੱਡੀ ਅਚੀਵਮੈਂਟ ਹੋਏਗੀ ਤੁਹਾਡੀ ਪੰਜਾਬੀ ਚ ਲਿਖੋਗੇ ਤਾਂ ਜੇ ਇੰਗਲਿਸ਼ ਚ ਲਿਖੋਗੇ ਤਾਂ ਵੀ ਸਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕੀ ਮਹਿਸੂਸ ਕੀਤਾ ਲੈਵਲ 7 ਦੀ ਕਲਾਸ ਲੈਂਦੇ ਆ ਲੈਵਲ 7 ਵਿੱਚ ਇੱਕ ਕਿਤਾਬ ਪੜ੍ਹਦੇ ਆ ਤੇ ਸਿੱਖਦੇ ਆ ਕਿਸ ਤਰ੍ਹਾਂ ਦੇ ਕੀ ਤੁਹਾਨੂੰ ਚੰਗਾ ਲੱਗਾ ਕੀ ਤੁਹਾਨੂੰ ਨਹੀਂ ਚੰਗਾ ਲੱਗਾ ਇੱਕ ਤਰ੍ਹਾਂ ਦੀ ਫੀਡਬੈਕ ਹੁੰਦੀ ਹੈ ਤੁਹਾਡੇ ਵੱਲੋਂ ਤਾਂ ਜੋ ਅਸੀਂ ਆਪਣੇ ਕੋਰਸ ਨੂੰ ਹੋਰ ਬੈਟਰ ਕਰ ਸਕੀਏ ਤੇ ਅਸੀਂ ਤੁਹਾਨੂੰ ਹੋਰ ਵਧੀਆ ਜਿਹੜੀ ਸਿੱਖਿਆ ਦੇ ਸਕੀਏ ਪੰਜਾਬੀ ਹੋਰ ਸੋਹਣੀ ਤੜਾ ਪੜ੍ਹਾ ਸਕੀਏ ਸੋ ਸਾਡਾ ਜਿਹੜਾ ਹੈਗਾ ਇਹ ਲੈਵਲ 7 ਉਹਦੇ ਪਾਠ ਇੱਥੋਂ ਤੱਕ ਖਤਮ ਹੁੰਦੇ ਨੇ ਪਰ ਤੁਸੀਂ ਪੰਜਾਬੀ ਸਿੱਖਦੇ ਰਹਿਣਾ ਪੰਜਾਬੀ ਸਿੱਖ ਕੇ ਸਿਖਾਉਣ ਦੀ ਸੇਵਾ ਵਾਲਾ ਉਹ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਕਿ ਸਾਡੇ ਬੱਚੇ ਪੰਜਾਬੀ ਜਦੋਂ ਸਿੱਖਦੇ ਨੇ ਸਾਡੇ ਲਈ ਉਹ ਅਮ ਉਸ ਤੋਂ ਬਾਅਦ ਪੰਜਾਬੀ ਜਦੋਂ ਪੜਾਉਣਾ ਆਉਂਦੇ ਹਨ ਤੇ ਸਾਡੇ ਲਈ ਸਭ ਤੋਂ ਵੱਡੀ ਉਹ ਖੁਸ਼ੀ ਦੀ ਗੱਲ ਹੁੰਦੀ ਹੈ ਤੇ ਵੀ ਫੀਲ ਪ੍ਰਾਊਡ ਕਿ ਸਾਡੇ ਬੱਚੇ ਖਾਲਸਾ ਸਕੂਲ ਤੋਂ ਸਿੱਖ ਕੇ ਸिखਉਣ ਵੱਲ ਅੱਗੇ ਆਏ ਹਨ ਸੇਵਾ ਲਈ ਅੱਗੇ ਆਏ ਹਨ ਬੱਚਿਓ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਹਾਨੂੰ ਲੈਸਨ ਚੰਗੇ ਲੱਗੇ ਹੋਣਗੇ ਜੇ ਤੁਹਾਨੂੰ ਕੋਈ ਗੱਲ ਨਾ ਵੀ ਚੰਗੀ ਲੱਗੀ ਹੋਵੇ ਉਹ ਵੀ ਦੱਸਣਾ ਆਪਣੇ ਰਿਫਲੈਕਸ਼ਨਸ ਦੇ ਵਿੱਚ ਦੱਸ ਸਕਦੇ ਹੋ ਤੇ ਅਸੀਂ ਅਗੋਂ ਤੋਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਸਰਵ ਕਰਨ ਦੀ ਅ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਸ਼ਾਮਾ ਖੁਸ਼ ਰਹੋ ਖੁਸ਼ਹਾਲ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ